ਜੁਗੋ ਜੁਗ ਅਟਲ ਸ਼ਬਦ ਗੁਰੂ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਕ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਹਾਜ਼ਰੀਨ, ਸੁਧਾਰ ਲਹਿਰ ਦੀ ਸਮੂਹ ਲੀਡਰਸ਼ਿਪ, ਦੂਰੋਂ ਦਰਾਡੇ ਤੋਂ ਆਈਆਂ ਸਮੂਹ ਸੰਗਤਾਂ, ਸਮੂਹ ਪਤਵੰਤੇ, ਸੱਜਣ ਟੋੜਾ ਪਰਿਵਾਰ ਤੇ ਸਮੂਹ ਲੀਡਰਸ਼ਿਪ, ਤੇ ਜਿੱਥੇ ਤੱਕ ਦਾਸ ਦੀ ਆਵਾਜ਼ ਜਾਂਦੀ ਹੈ ਕੋਈ ਵੀ ਰਸਨਾ ਗੁਰੂ ਦੀ ਫਤਿਹ ਤੋਂ ਵਾਂਝੀ ਨਾ ਰਹਿ ਜਾਵੇ, ਕਿਉਂਕਿ ਖਾਲਸਾ ਜੀ ਜੀ ਦੀ ਜ਼ਬਾਨ ਤੇ ਫਤਿਹ, ਉਹਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਭ ਜੀ ਦੀ ਫਤਿਹ ਨੇ ਇੱਕ ਅਕਾਲੀ ਸਪਿਰਿਟ ਦਾ ਇੱਕ ਪ੍ਰਮਾਣ ਦਿੱਤਾ ਹੈ। ਇੱਕ ਅਕਾਲੀ ਸਪਿਰਿਟ ਦਾ ਜੋ ਰੂਪ ਹੋਇਆ ਕਰਦਾ ਸੀ ਅੱਜ ਤੋਂ 25-30 ਸਾਲ ਪਹਿਲਾਂ, ਉਹਦਾ ਪ੍ਰਮਾਣ ਦਿੱਤਾ ਹੈ। ਮੈਂ ਸਭ ਤੋਂ ਪਹਿਲਾਂ ਇਸ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਨੌਜਵਾਨਾਂ ਦੀ ਸੋਚ ਨੂੰ ਸਮਝਣ ਦੇ ਲਈ, ਨੌਜਵਾਨਾਂ ਦੇ ਜਜ਼ਬਾਤ ਨੂੰ ਤੇ ਸਲਾਹ ਨੂੰ ਲੈਣ ਦੇ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਆਪ ਸਭ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਦੇ ਲਈ ਸਮਾਂ ਦਿੱਤਾ ਹੈ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ। ਜੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਗੱਲ ਕਰੀਏ, ਉਹ ਜਥੇਬੰਦੀ ਜਿਹੜੀ ਪੂਰਨ ਤੌਰ ਤੇ ਜਿਹੜੀ ਅਕਾਲੀ ਲੀਡਰਸ਼ਿਪ ਹੋਇਆ ਕਰਦੀ ਸੀ, ਸ਼੍ਰੋਮਣੀ ਅਕਾਲੀ ਦਲ, ਜਿਹਦੇ ਤੇ ਕਿਸੇ ਪਰਿਵਾਰ ਦਾ ਟੈਗ ਨਹੀਂ ਸੀ, ਉਸ ਨੂੰ ਨੌਜਵਾਨਾਂ ਦਾ ਨਵਾਂ ਕਰੋਪ ਪੈਦਾ ਕਰਕੇ ਦਿਆ ਕਰਦੀ ਸੀ। ਪੰਥ ਨੂੰ ਪ੍ਰਣਾਈ ਹੋਈ ਪੰਥਕ ਜਜ਼ਬੇ ਦੇ ਨਾਲ ਲੈਸ ਜੋ ਲੀਡਰਸ਼ਿਪ ਹੈ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ ਧਰਮ ਨੂੰ ਅਗਾਂਹ ਰੱਖ ਕੇ ਚੱਲਣ ਵਾਲੀ ਲੀਡਰਸ਼ਿਪ, ਉਸ ਨੂੰ ਜਿਹੜੀ ਹੈ ਉਹ ਪੈਦਾ ਕਰਕੇ ਤੇ ਕੌਮ ਦੀ ਝੋਲੀ 'ਚ ਪਾਇਆ ਕਰਦੀ ਸੀ। ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰ ਦੇਣੀ ਚਾਹੁੰਦਾ ਹਾਂ ਕਿ ਆਪਾਂ ਨੂੰ ਸਮਝਣਾ ਪਊਗਾ ਕਿ ਇਹ ਅਕਾਲੀ ਲੀਡਰਸ਼ਿਪ, ਜਿਹੜਾ ਅਕਾਲੀ ਦਲ ਪੰਥਕ ਸੰਘਰਸ਼ ਦੇ ਜਜ਼ਬੇ ਦੇ ਵਿੱਚੋਂ ਪੈਦਾ ਹੋਈ ਜਥੇਬੰਦੀ, ਜਿਸ ਨੇ ਸਮੇਂ ਸਮੇਂ ਤੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਉਠਾਈ, ਉਹ ਹਾਸ਼ੀਏ ਤੇ ਕਿਉਂ ਗਈ? ਉਹਦਾ ਸਭ ਤੋਂ ਪਹਿਲਾ ਮੁੱਖ ਕਾਰਨ ਸੀ ਇੱਕ ਐਸੇ ਪਰਿਵਾਰ ਦਾ ਕਬਜ਼ਾ ਹੋਣਾ ਜਿਹੜਾ ਪੰਥ ਪ੍ਰਸਤ ਨਹੀਂ ਸੀ। ਕਿਉਂਕਿ ਇੱਕ ਉਹ ਸਮਾਂ ਸੀ ਖਾਲਸਾ ਜੀ ਜਦੋਂ ਅਕਾਲੀ ਦਲ ਦੇ ਲੀਡਰ ਇਹ ਸੋਚ ਕੇ ਘਰੋਂ ਨਿਕਲਦੇ ਸਨ, ਇਹ ਮਨੋਰਥ ਲੈ ਕੇ ਤੇ ਆਪਣੇ ਗ੍ਰਹਿ ਤੋਂ ਨਿਕਲਦੇ ਸਨ ਕਿ ਪੰਥ ਵਸੇ ਮੈਂ ਉਜੜਾਂ। ਪਰ ਜਿਹੜਾ ਬਾਦਲ ਪਰਿਵਾਰ ਕਾਬਜ਼ ਹੋਇਆ, ਇਹਨੇ ਇਹ ਮਨਸੂਬਾ ਧਾਰ ਲਿਆ ਕਿ ਅਸੀਂ ਵਸਦੇ ਰਹੀਏ ਤੇ ਪੰਥ ਮਗਰ ਲੀਰੋ ਲੀਰ ਹੁੰਦਾ ਫਿਰੇ। ਤੇ ਅੱਜ ਕੌਮ ਨੇ, ਪੰਜਾਬ ਨੇ ਤੇ ਪੰਥ ਨੇ ਐਸੇ ਲੋਕਾਂ ਨੂੰ, ਕਾਰਪੋਰੇਟ ਲੋਕਾਂ ਨੂੰ, ਪਰਿਵਾਰ ਪ੍ਰਸਤ ਲੋਕਾਂ ਨੂੰ ਨਕਾਰ ਕੇ ਤੇ ਪਰੇ ਸਿੱਟ ਦਿੱਤਾ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇ ਅੱਜ ਆਪਾਂ ਅਗਾਂਹ ਵਧਣਾ ਚਾਹੁੰਦੇ ਹਾਂ ਤੇ ਉਸ ਸੋਚ ਨੂੰ ਨਕਾਰਨਾ ਪਊਗਾ ਜੇ ਸੋਚ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਲਿਆਂਦਾ ਹੈ। ਐਸੀ ਲੀਡਰਸ਼ਿਪ ਨਹੀਂ ਚਾਹੀਦੀ ਬਾਦਲਾਂ ਵਰਗੀ, ਜਿਨ੍ਹਾਂ ਨੂੰ ਪੰਥਕ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ। ਜੇ ਇਸ ਧੜੇ ਦੇ ਪ੍ਰਧਾਨ ਰਹੇ, ਉਹ ਧੜੇ ਦਾ ਨਾਂ ਸੀ ਅਕਾਲੀ ਦਲ, ਤੇ ਸੋਚ ਹੋਣੀ ਚਾਹੀਦੀ ਸੀ ਅਕਾਲੀ ਬਾਬਾ ਫੂਲਾ ਸਿੰਘ ਵਰਗੀ, ਤੇ ਸੋਚ ਅਕਾਲੀ ਨਾ ਰਹੀ, ਰੂਹ ਅਕਾਲੀ ਨਾ ਰਹੀ, ਦਿੱਖ ਅਕਾਲੀ ਨਾ ਰਹੀ, ਜਿਹੜੇ ਮਨੋਰਥ ਸਨ ਉਹ ਅਕਾਲੀ ਨਾ ਰਹੇ, ਪੰਥਕ ਨਾ ਰਹੇ, ਤੇ ਅੱਜ ਹਾਸ਼ੀਏ ਤੇ ਆ ਕੇ ਡਿੱਗੇ ਹੈ। ਮੈਂ ਅੱਜ ਦੀ ਮੌਜੂਦਾ ਲੀਡਰਸ਼ਿਪ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਨੌਜਵਾਨਾਂ ਦੀ ਦਿਲ ਦੀ ਗੱਲ ਬੁੱਝਣ ਦੇ ਲਈ ਦਾਸ ਨੂੰ ਸਮਾਂ ਦਿੱਤਾ ਹੈ। ਤੇ ਦਾਸ ਬੇਨਤੀ ਕਰ ਦੇਵੇ ਕਿ ਜਦੋਂ ਤੱਕ ਅਕਾਲੀ ਦਲ ਦੇ ਲੀਡਰਾਂ ਦਾ ਧੁਰਾ
ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾ ਹੋਣਗੇ ਉਦੋਂ ਤੱਕ ਆਪਣਾ ਬੇੜਾ ਜਿਹੜਾ ਬੰਨੇ ਨਹੀਂ ਲੱਗ ਸਕਦਾ, ਉਦੋਂ ਤੱਕ ਸਫਲਤਾ ਨਹੀਂ ਮਿਲ ਸਕਦੀ। ਅਗਲੀ ਗੱਲ ਦਾਸ ਨੇ ਜਿਹੜੀ ਕਰਨੀ ਹੈ ਕਿ ਆਪਾਂ ਕੌਮ ਦੇ ਸੋਸ਼ੋ ਪੋਲੀਟੀਕਲ ਤੇ ਰਿਲੀਜੀਅਸ ਜੋ ਸਾਡੇ ਖੇਤਰ ਨੇ, ਜੋ ਸਾਡੇ ਗਰਾਊਂਡਸ ਨੇ, ਉਧਰ ਦੀ ਕਲੈਕਟਿਵ ਕੌਂਸ਼ੀਅਸਨੈਸ ਨੂੰ ਇੱਕ ਕਰਕੇ ਤੇ ਇੱਕ ਇਹਦੇ ਪਲੇਟਫਾਰਮ ਨੂੰ ਸਿਰਜੀਏ, ਭਾਵੇਂ ਦੁਖੀਆਂ ਨੂੰ ਪਾਸੇ ਕਰਕੇ ਸਾਡੇ 'ਚ 10% ਪੰਥ ਪ੍ਰਸਤੀ ਰਹਿ ਜਾਣ, 50 ਰਹਿ ਜਾਣ, ਪਰ ਹੋਣ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਵਫਾਦਾਰ। ਫਿਰ ਸ਼੍ਰੋਮਣੀ ਅਕਾਲੀ ਦਲ ਸਰਦਾਰ ਸਰਮਕ ਸਿੰਘ ਝਬਾਲ ਵਰਗਾ, ਜਥੇਦਾਰ ਮੋਹਨ ਸਿੰਘ ਤੋੜ ਵਰਗਾ ਤੇ ਜਥੇਦਾਰ ਗੁਰਚਰਨ ਸਿੰਘ ਟੋੜੇ ਵਰਗਾ ਅਕਾਲੀ ਦਲ ਫਿਰ ਪੈਦਾ ਹੋਣਾ। ਜੇ ਇਹ ਗੱਲ ਯਾਦ ਰੱਖ ਲੈਣੀ ਕਿ ਆਪਾਂ ਜੇ ਅਗਾਂਹ ਵਧੂ ਸੋਚ ਨੌਜਵਾਨਾਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਤੇ ਫਿਰ ਆਪਾਂ ਨੂੰ ਜਿਹੜਾ ਆਪਣਾ ਪਲੇਟਫਾਰਮ ਫਿਰ ਤੋਂ ਅਕਾਲੀ ਸਪਿਰਿਟ ਦੇ ਨਾਲ ਜਿਹੜਾ ਹੈ ਉਹ ਸਿਰਜਣਾ ਪਏਗਾ, ਕਾਰਪੋਰੇਟ ਜਿਹੜੀ ਹੈ ਸਪਿਰਿਟ ਨਾਲ ਨਹੀਂ। ਅੱਜ ਉੱਧਰ ਦੁੱਖ ਨਿਵਾਰਨ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਝੂਠ ਦੀ ਦੁਕਾਨ ਲੱਗਣ ਲੱਗੀ ਹੈ। ਝੂਠ ਤੇ ਜਿਹੜੇ ਪਹਿਰੇਦਾਰ ਨੇ ਉਹ ਗੱਪਾਂ ਵੱਢਣਗੇ ਤੇ ਦੱਸਣਗੇ ਕਿ ਸਾਡਾ ਪਰਿਵਾਰ ਮਹਾਨ ਕਿਉਂ ਹੈ। ਇਹ ਸਟੇਜ ਉਹ ਹੈ ਜਿਹੜੀ ਦੱਸੇਗੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਰਿਵਾਰ ਮਹਾਨ ਕਿਉਂ ਹੈ। ਸੋ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਰਾ ਲੈ ਕੇ, ਉਹਨਾਂ ਤੋਂ ਆਗਿਆ ਲੈ ਕੇ ਲੀਡਰਸ਼ਿਪ ਤਾਂ ਖਾਲਸਾ ਜੀ, ਮੈਂ ਸਭ ਤੁਹਾਨੂੰ ਸੱਚੀ ਗੱਲ ਬੇਨਤੀ ਕਰਾਂ, ਉਹ ਚਾਹੀਦੀ ਸੀ ਅੱਜ ਦੀ ਜਿਹੜੀ ਜਿਵੇਂ ਨਕਾਰੀ ਹੋਈ ਲੀਡਰਸ਼ਿਪ ਹੈ। ਨਾ ਉੱਤੋਂ ਦੀ ਗਾਤਰੇ ਨੇ, ਨਾ ਦਸਤਾਰੇ ਨੇ, ਨਾ ਦਾੜੇ ਨੇ, ਨਾ ਜਜ਼ਬਾ ਏ, ਪਤਾ ਨਹੀਂ ਚੱਲਦਾ। ਅਕਾਲੀ ਦਲ ਦਾ ਲੀਡਰ ਨਿਕਲਦਾ ਹੁੰਦਾ ਸੀਗਾ ਤੇ ਉਹਦੇ ਨਾਮ ਨਾਲ ਲੱਗਦਾ ਸੀ ਜਥੇਦਾਰ। ਇਹਨਾਂ ਦੇ ਕਿਸੇ ਲੀਡਰ ਨੂੰ ਫਰੋਲ ਕੇ ਵੇਖ ਲਓ, ਇਹਨਾਂ ਦੇ ਨਾਮ ਨਾਲ ਜਥੇਦਾਰ ਲੱਗ ਹੀ ਨਹੀਂ ਸਕਦਾ, ਕਿਉਂਕਿ ਪੰਥ ਤੋਂ ਵੀ ਪਾਸੇ, ਗੁਰੂ ਗ੍ਰੰਥ ਤੋਂ ਵੀ ਪਾਸੇ। ਸੋ ਅਖੀਰ ਦੇ ਵਿੱਚ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਏ ਕਿ ਸਾਡੇ ਮੁੱਦੇ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ, ਸਾਡਾ ਮੁੱਦਾ ਜਾਤ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ, ਧਰਮ ਨੂੰ ਲੈ ਕੇ ਕਿ ਧਰਮਾਂ 'ਚ ਵੰਡ ਕਿਵੇਂ ਪਾਈ ਜਾਵੇ ਉਸ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ, ਗੋਤ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ, ਬਲਕਿ ਸਾਡਾ ਮੁੱਦਾ ਜਿਹੜਾ ਏ ਉਹ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤੀ ਵਰਗਾ ਹੋਣਾ ਚਾਹੀਦਾ। ਸਭ ਸੁਖਾਲੀ ਉੱਠੀਆਂ ਇਹੋ ਹੋਆ ਹਲੇਮੀ ਰਾਜ ਜਿਓ। ਸਾਡਾ ਮੁੱਦਾ ਹੋਣਾ ਚਾਹੀਦਾ ਹੈ ਕਿ ਸਾਡਾ ਐਜੂਕੇਸ਼ਨ ਦਾ ਪੱਧਰ ਅੱਜ 16ਵੇਂ ਨੰਬਰ ਤੇ ਪਿਆ ਹੈ, ਉਹਦਾ ਕਾਰਨ ਕੀ ਹੈ। ਸਾਡੀ ਇਕਨੋਮੀ ਅੱਜ 16ਵੇਂ ਤੋਂ 18ਵੇਂ ਨੰਬਰ ਤੇ ਪਈ ਹੈ, ਉਹਦਾ ਕਾਰਨ ਕੀ ਹੈ। ਕਿਸਾਨਾਂ ਨੂੰ MSP ਨਹੀਂ ਮਿਲ ਰਹੀ, ਉਹਦਾ ਮੁੱਦਾ ਕੀ ਹੈ। ਸਾਨੂੰ ਉਹ ਲੀਡਰਸ਼ਿਪ ਚਾਹੀਦੀ ਜਿਹੜੀ ਬੰਦੀ ਸਿੰਘਾਂ ਦੀ ਗੱਲ ਕਰੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਾਨ ਮਰਿਆਦਾ ਨੂੰ ਬਹਾਲ ਕਰਨ ਦੀ ਜਿਹੜੀ ਹੈ ਉਹ ਗੱਲ ਕਰੇ, ਜਿਹੜੇ ਪੰਥ ਨੂੰ ਪਰਨਾਈ ਤੇ ਪੰਥਕ ਜਜ਼ਬਾਤਾਂ ਤੇ ਪੰਜਾਬ ਦੇ ਹਿੱਤਾਂ ਦੀ ਜਿਹੜੀ ਹੈ ਪੂਰਨ ਤੌਰ ਤੇ ਹਮਾਇਤ ਜਿਹੜੀ ਹੈ ਕਰ ਸਕਦੀ ਹੋਵੇ, ਨੁਮਾਇੰਦਗੀ ਕਰ ਸਕਦੀ ਹੋਵੇ। ਤਾਂ ਇਸ ਕਰਕੇ ਦਾਸ ਨੇ ਇਹ ਗੱਲਾਂ ਕੀਤੀਆਂ ਹੈ, ਕਿਉਂਕਿ ਸਰਦਾਰ ਸਰਬਜੀਤ ਸਿੰਘ MP ਉਹ ਵੀ ਸਾਡੇ ਦਰਮਿਆਨ ਬੈਠੇ ਨੇ, ਬੇਬਾਕੀ ਦੇ ਨਾਲ ਪਾਰਲੀਮੈਂਟ 'ਚ ਵੀ ਗੱਲ ਕਰਦੇ ਨੇ, ਅਗਾਂਹ ਵੀ ਕਰਨਗੇ, ਇੱਧਰੋਂ ਵੀ ਲੀਡਰਸ਼ਿਪ ਪੈਦਾ ਹੋਵੇ ਜਿਹੜੇ ਪੀਰੀ ਨੂੰ ਅੱਗੇ ਰੱਖ ਕੇ, ਕਿਉਂਕਿ ਜਿੱਥੇ ਪੀਰੀ ਹੈ ਉੱਥੇ ਮੀਰੀ ਹੈ, ਜਿੱਥੇ ਭਗਤੀ ਉੱਥੇ ਸ਼ਕਤੀ ਹੈ, ਜਿੱਥੇ ਧਰਮ ਉੱਥੇ ਰਾਜਨੀਤੀ ਹੈ। ਪਰ ਧਰਮ ਨੂੰ ਭੁੱਲ ਕੇ ਤੇ ਰਾਜਨੀਤੀ ਨਹੀਂ ਕੀਤੀ ਜਾ ਸਕਦੀ। ਸੋ ਇਸ ਕਰਕੇ ਮੈਂ ਇਸ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਹੜੀ ਨੌਜਵਾਨਾਂ ਦੀ ਸਰਮੌਰ ਜਥੇਬੰਦੀ, ਜਿਹਨੇ ਕਿਸੇ ਵੇਲੇ ਖਾਲਸਾ ਜੀ ਸਿਧਾਂਤ ਨਾਲ ਕੰਪਰੋਮਾਈਜ਼ ਨਾ ਕਰਦਿਆਂ ਹੋਵਿਆਂ ਤੇ ਟੱਠੇ ਹੋਏ ਅਕਾਲ ਤਖ਼ਤ ਤੇ ਕੁਰਸੀ ਡਾਉਣ ਤੋਂ ਮਨਾ ਕਰ ਦਿੱਤਾ ਸੀਗਾ, ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਿਤਾ ਜੀ ਇੱਧਰ ਉਹ ਬਿਰਾਜਮਾਨ ਨੇ। ਸੋ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ, ਮੇਰੇ ਨਾਲ ਫੈਡਰੇਸ਼ਨ ਦੀ ਸਾਰੀ ਟੀਮ ਆਈ ਹੈ ਇਹਨਾਂ ਦਾ ਵੀ ਧੰਨਵਾਦ। ਅਖੀਰ ਦੇ ਵਿੱਚ ਦਾਸ ਭੁੱਲਾਂ ਚੁੱਕਾਂ ਦੀ ਮਾਫ਼ੀ ਮੰਗਦਾ ਹੋਇਆ ਖਿਮਾ ਦਾ ਜਾਚਾ ਗਿਆ, ਫਿਰ ਤੋਂ ਉਸੇ ਤਰੀਕੇ ਦੇ ਨਾਲ
ਚੜ੍ਹਦੀ ਕਲਾ ਦੇ ਨਾਲ ਆਪਾਂ ਫਤਿਹ ਦਾ ਜਵਾਬ ਫਤਿਹ ਦਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।